ਫੀਫਾ ਵਿਸ਼ਵ ਕੱਪ 2018 ਰੋਮਾਂਚਕ ਮੁਕਾਬਲੇ ਵਿੱਚ ਕ੍ਰੋਏਸ਼ੀਆ ਦੀ ਜਿੱਤ। ਫੀਫਾ ਵਿਸ਼ਵ ਕੱਪ ਦੇ ਆਖਰੀ 16 ਦੇ ਦੂਸਰੇ ਮੈਚ ਵਿੱਚ ਕ੍ਰੋਏਸ਼ੀਆ ਨੇ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਡੈਨਮਾਰਕ ਨੂੰ ਪੈਨਲਟੀ ਸ਼ੂਟਆਊਟ ਵਿੱਚ 3-2 ਨਾਲ ਮਾਤ ਦਿੰਦੇ ਹੋਏ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ, ਜਿੱਥੇ ਕਿ ਉਸ ਦਾ ਮੁਕਾਬਲਾ ਹੁਣ ਮੇਜ਼ਬਾਨ ਰੂਸ ਨਾਲ ਹੋਵੇਗਾ। ਇਸ ਮੈਚ ਦਾ ਹੀਰੋ ਕ੍ਰੋਏਸ਼ੀਆ ਦਾ ਗੋਲਕੀਪਰ ਡੈਨਿਜ਼ਲ ਸੁਬਾਸਿਕ ਰਿਹਾ, ਜਿਸ ਨੇ ਕਿ 3 ਪੈਨਲਟੀ ਕਿੱਕਾਂ ਰੋਕ ਕੇ ਟੀਮ ਨੂੰ ਕੁਆਟਰ ਫਾਈਨਲ ਵਿੱਚ ਪਹੁੰਚਾਇਆ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਨੇ ਪਹਿਲੇ ਅੱਧ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਮੈਚ ਦੇ ਪਹਿਲੇ 4 ਮਿੰਟਾਂ ਵਿੱਚ ਹੀ 2 ਗੋਲ ਹੋ ਗਏ।